ਸੁਆਹ ਜੀ, ਬੁਲਾਈਏ ਫਿਰ ਜੀ ਬਾਬਾ ਜੀ ਨੂੰ। ਬਾਬਾ ਜੀ ਨੂੰ ਬੁਲਾਉਣ ਤੋਂ ਪਹਿਲਾਂ ਤਾੜੀ ਹੋ ਜੇ। ਇਹ ਵਾਲੀ ਨਹੀਂ, ਦੂਸਰੀ ਤਾੜੀ, ਹੱਥ ਖੜੇ ਕਰੋ ਬਾਬਾ ਬੋਰਡ ਦੀ ਵਾਸਤੇ ਦੂਸਰੀ ਤਾਲੀ। ਰੈਡੀ 1 2 ਰੈਡੀ 1 2 3 4 ਇਸ ਤਰ੍ਹਾਂ ਹੀ ਵੱਜਦੀ ਰਹੇ ਤਾਲੀ। ਸੋ ਤੁਹਾਡੀ ਤਾਲੀਆਂ ਦੇ ਨਾਲ ਸਾਈਂ ਦੇ ਚਰਨਾਂ ਦੇ ਸੇਵਾਦਾਰ, ਵਲੀਆਂ ਦੇ ਚਰਨਾਂ ਦੇ ਸੇਵਾਦਾਰ ਬਾਬਾ ਬੋਰ ਜਨਾਬ ਗੁਰਦਾਸ ਮਾਂ। ਤਾਲੀਆਂ ਦੇ ਨਾਲ ਉਹੀ ਇਸ਼ਕੇ ਦੀ ਡਫਲੀ ਤੇ ਉਹੀ ਚਾਂਜਰ ਦੇ ਨਾਲ ਇਸ਼ਕੇ ਦਾ ਗਿੱਧਾ ਪੈਣ ਆ ਰਿਹਾ। ਗਣਪਤ ਸ਼੍ਰੀ ਗਣੇਸ਼, ਗਣਪਤ ਸ਼੍ਰੀ ਗਣੇਸ਼।
ਸੰਗ ਪੂਜੀਐ ਸ਼੍ਰੀ ਬ੍ਰਹਮਾ ਵਿਸ਼ਨੂੰ ਮਹੇਸ਼ ਗੁਰੂ ਦਾਸਾਂ ਕਾ ਦਾਸ ਹੂੰ ਸਰਸਵਤੀ ਸਵਰ ਦੀ ਕੀ ਹੈ ਸਵਰ ਕੇ ਸਾਥ ਗਿਆਨ ਮੈਂ ਬੇਸੁਰ ਬੇਤਾਲ ਹੂੰ ਮਈਆ ਆਪ ਕਰੋ ਸੰਸਾਰ ਸਬਸੇ ਮਿਲੀਏ ਭਾਏ ਸਬਸੇ ਮਿਲੀਏ ਭਾਏ ਸਬਸੇ
ਜਿਸ ਭੇਸ ਮੇਂ ਤੁਹੇ ਨਾਰਾਇਣ ਮਿਲ ਜਾਏ, ਤੁਹੇ ਨਾਰਾਇਣ ਮਿਲ ਜਾਏ, ਤੁਹੇ ਨਾਰਾਇਣ ਮਿਲ ਜਾਏ, ਤੁਹੇ ਨਾਰਾਇਣ ਮਿਲ ਜਾਏ। ਗਿਆਨ ਧਿਆਨ ਗਿਆਨ ਧਿਆਨ ਕਿਛ ਕਰਮ ਨਾ ਜਾਣ ਸਾਰ ਨਾ ਜਾਣ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ, ਕੁਛ ਨੀ ਮੇਰੇ ਪੱਲੇ, ਜੇ ਮੈਂ ਵੇਖਾਂ ਅਮਲਾ ਬੱਲੇ ਕੁਛ ਨੀ ਮੇਰੇ ਪੱਲੇ, ਜੇ ਵੇਖਾਂ ਤੇਰੀ ਰਹਿਮਤ ਬੱਲੇ, ਜੇ ਵੇਖਾਂ ਤੇਰੀ ਰਹਿਮਤ ਬੱਲੇ, ਏ ਬੱਲੇ ਬੱਲੇ ਬੱਲੇ, ਜੇ ਵੇਖਾਂ ਤੇਰੀ ਰਹਿਮਤ ਬੱਲੇ, ਬੱਲੇ ਬੱਲੇ ਬੱਲੇ, ਏ ਬੱਲੇ ਬੱਲੇ ਬੱਲੇ, ਬੱਲੇ ਬੱਲੇ ਬੱਲੇ, ਬੱਲੇ ਬੱਲੇ ਬੱਲੇ, ਬੱਲੇ ਬੱਲੇ ਮੇਰੀ ਸਾਈਂ ਸਰਕਾਰ ਦੇ ਸੱਚੇ ਦਰਬਾਰ ਵਿੱਚ ਆਈਆਂ ਸੰਗਤਾਂ ਨੂੰ ਬਹੁਤ ਬਹੁਤ ਪਿਆਰ ਸਤਿਕਾਰ, ਰੱਬ ਤੁਹਾਡੀਆਂ ਨੇਕ ਮੁਰਾਦਾਂ ਪੂਰੀਆਂ ਕਰੇ, ਦੁੱਧ ਵਾਲਿਆਂ ਨੂੰ ਦੁੱਧ, ਪੁੱਤ ਵਾਲਿਆਂ ਨੂੰ ਪੁੱਤ, ਮੰਗਣ ਵਾਲੀ ਸਾਰੀ ਦੁਨੀਆ, ਦੇਵਣ ਵਾਲਾ ਇਕੱਲਾ, ਬੋਲ ਫਕੀਰਾ ਅੱਲਾਈ ਅੱਲਾ, ਕੋਈ ਦੁੱਧ ਮੰਗੇ, ਕੋਈ ਪੁੱਤ ਮੰਗੇ, ਕੋਈ ਰਿਧੀਆਂ ਸਦੀਆਂ ਬੁੱਧ ਮੰਗੇ, ਕੋਈ ਗਹਿਣੇ ਹਾਰ ਸ਼ਿੰਗਾਰ ਮੰਗੇ, ਕੋਈ ਨਕਦੀ ਕੋਈ ਉਧਾਰ ਮੰਗੇ, ਕੋਈ ਡੁੱਬਦੀ ਬੇੜੀ ਪਾਰ ਮੰਗੇ, ਕੋਈ ਨਕਦੀ ਕੋਈ ਉਧਾਰ ਮੰਗੇ, ਮੰਗਣ ਵਾਲੀ ਸਾਰੀ ਦੁਨੀਆ, ਦੇਵਣ ਵਾਲਾ ਇਕੱਲਾ, ਬੋਲ ਫਕੀਰਾ, ਜਿੱਤਣ ਵਾਲੀ ਸਾਰੀ ਦੁਨੀਆ, ਹਾਰਨ ਵਾਲਾ ਇਕੱਲਾ, ਸੰਤਾਂ ਨੂੰ ਕੋਟੀ ਕੋਟੀ ਪ੍ਰਣਾਮ। ਬਹੁਤ ਬਹੁਤ ਸ਼ੁਭਕਾਮਨਾਵਾਂ, ਮੁਬਾਰਕ ਤੁਹਾਡੇ ਦੁਬਾਰਾ ਦਰੁਸਤ ਹੋਣ ਦੀਆਂ, ਰੱਬ ਤੁਹਾਨੂੰ ਫਿਰ ਉਹੀ ਤੰਦਰੁਸਤੀ, ਮੰਦਰੁਸਤੀ, ਖੂਬਸੂਰਤੀ, ਸਫੁਰਤੀ ਤੁਹਾਡੇ ਸੁਰਾਂ ਵਿੱਚ, ਤੁਹਾਡੀ ਲੈ ਤਾਲ ਜਿਹੜੀ ਮਾਲਕ ਨੇ ਤੁਹਾਨੂੰ ਨਵਾਜ਼ਿਆ, ਗੱਲਾਂ ਹੁੰਦੀਆਂ ਰਾਤ ਵੀ ਬੈਠੇ ਉਹੀ ਗੱਲਾਂ ਚੱਲ ਰਹੀਆਂ, ਜਿੱਥੇ ਕਿਤੇ ਸੁਰ ਲੱਗਦਾ ਸੀ ਕਿਤੇ ਸਰਦੂਲ ਬੋਲ ਲਿਆ, ਇਹ ਹੁੰਦੀ ਹੈ ਪਹਿਚਾਣ ਕਿਸੇ ਕਲਾਕਾਰ। ਦਿੱਲੀ ਦੇ ਹਮਸਰ ਹਯਾਤ ਦੇ ਬੇਟੇ ਨੇ ਕੁਛ ਚੀਜ਼ਾਂ ਲਾਈਆਂ, ਉੱਥੋਂ ਪਤਾ ਲੱਗਿਆ ਕਿ ਇਹ ਜਿਹੜੇ ਸੁਰ ਲਾ ਰਿਹਾ ਇਸ ਵੇਲੇ ਸਲੀਮ ਦੇ ਬੋਲ ਲਾ ਲਿਆ, ਹਰ ਬੰਦੇ ਦਾ ਆਪਣਾ ਇੱਕ ਅੰਦਾਜ਼ ਹੈ, ਸਟਾਈਲ ਹੈ,
ਔਰ ਉਹ ਸਟਾਈਲ ਦੇ ਬਿਨਾਂ ਜੇ ਕਿਸੇ ਵੱਖਰੇ ਸਟਾਈਲ ਚੱਲੀਏ ਤਾਂ ਫਿਰ ਸ਼ਾਇਦ ਆਪਣੀ ਪਹਿਚਾਣ ਵੀ ਗੁਆ ਪੈਂਦਾ ਬੰਦਾ। ਸੋ ਇਹਨਾਂ ਸੁਰਾਂ ਦੇ ਬਾਦਸ਼ਾਹਾਂ ਨੂੰ ਬਹੁਤ ਬਹੁਤ ਕੋਟੀ ਕੋਟੀ ਸਲਾਮ, ਤਾਲੀਆਂ ਖੁੱਲ੍ਹ ਕੇ ਮਾਰਿਆ ਕਰ। ਖੁੱਲ੍ਹਣ ਦਾ ਮਤਲਬ ਪੂਰਾ ਖੁੱਲ੍ਹ ਕੇ, ਨਹੀਂ ਤਾਂ ਕਬਜ਼ੀ ਤਕਲੀਫ ਕਰਦੀ ਹੈ। ਖਾਈਏ ਖੁੱਲ੍ਹ ਕੇ, ਜਾਈਏ ਖੁੱਲ੍ਹ ਕੇ, ਆਈਏ ਖੁੱਲ੍ਹ ਕੇ। ਕਦੇ ਗੁਰੂਆਂ ਦੇ, ਕਦੇ ਪੀਰਾਂ ਦੇ, ਕਦੇ ਸਿੱਧਾਂ ਦੇ, ਕਦੇ ਨਾਥਾਂ ਦੇ, ਕਦੇ ਗੁਰੂਆਂ ਦੇ, ਕਦੇ ਪੀਰਾਂ ਦੇ, ਕਦੇ ਸਿੱਧਾਂ ਦੇ, ਕਦੇ ਨਾਥਾਂ ਦੇ, ਕਦੇ ਜਤੀਆਂ ਦੇ, ਕਦੇ ਸਤੀਆਂ ਦੇ, ਕਦੇ ਕੀਤੇ ਦਾਨ ਅਨਾਥਾਂ ਦੇ। ਇਹੀ ਨਾਰਾਇਣ ਜਿਨ੍ਹਾਂ ਦੇ ਚਰਨਾਂ 'ਚ ਲਕਸ਼ਮੀ ਰਹਿੰਦੀ ਹੈ, ਨਰ ਨਾਰਾਇਣ, ਇੱਕੋ ਹੀ ਨਰ ਨਾਰਾਇਣ, ਬਾਕੀ ਸਾਰੀਆਂ ਗੋਪੀਆਂ ਹੀ ਆ, ਭਾਵੇਂ ਮੁੱਛਾਂ ਵਾਲੀਆਂ ਹੋਣ, ਭਾਵੇਂ ਦਾੜੀ ਵਾਲੀਆਂ ਹੋਣ, ਕਿਉਂਕਿ ਰੂਹ ਤਾਂ ਰੂਹ ਹੀ ਆ। ਜੀਓ ਤੈਨੂੰ ਆਵਾਜ਼ ਨਾ ਆਵੇ ਤੇ ਮੈਂ ਕੀ ਕਰਾਂ, ਪ੍ਰਸਾਦ ਉਸਦਾ ਆਵਾਜ਼ ਵੀ ਉਸਦੀ ਹੈ। ਕਦੇ ਕਦੇ ਸਾਨੂੰ ਨਹੀਂ ਗਾਉਣ ਦਿੰਦਾ, ਕਦੇ ਕਦੇ ਤੁਹਾਨੂੰ ਨਹੀਂ ਸੁਣ ਦਿੰਦਾ, ਦੋਨੇ ਪਾਸੇ ਸਬਰ ਦੇਖਦਾ ਕਿ ਕਿਹਦੇ 'ਚ ਹੈ। ਜਿਹਦੇ ਕੋਲ ਸਬਰ ਹੈਗਾ ਉਹ ਲੈ ਜਾਂਦਾ। ਰਾਤ ਦੇਖਿਆ ਸੀ ਮੈਨੂੰ ਸਾਡੇ ਸੱਜਣ ਬੇਲੀ ਸੋਨੂੰ ਕੇਸੀ ਜੀ ਕਹਿੰਦੇ, ਬੜੇ ਪਿਆਰ ਨਾਲ ਕਹਿੰਦੇ, ਭਾਅ ਜੀ ਤੁਸੀਂ ਬਹੁਤ ਸਾਰੀ ਰਾਤ ਦੇ ਬੈਠੇ ਹੋ, ਲਾਸਟ ਇਹ ਸਰਦਾਰ ਅਲੀ ਜੀ ਹੈ, ਇਹਨਾਂ ਨੂੰ ਥੋੜ੍ਹੀ ਦੇਰ ਗਾਉਣ ਦਾ ਮੌਕਾ ਦੇ ਦਿਓ, ਤੁਸੀਂ ਬਸ 5 ਮਿੰਟ ਸੁਣ ਕੇ ਚਲੇ ਜਾਣਾ। ਮੈਂ ਕਿਹਾ ਮੇਰਾ ਕੰਮ ਨਹੀਂ ਹੈ, ਚਲੇ ਜਾਣਾ। ਮੈਂ ਕਿਹਾ ਕਿੰਨੀ ਦੇਰ ਦਾ ਸਬਰ ਕਰਕੇ ਬੈਠਾ, ਉਹਦੇ ਸਬਰ ਦਾ ਜੇ ਫਲ ਮਿੱਠਾ ਨਾ ਹੋਇਆ ਤਾਂ ਫਿਰ ਸਵਾਦ ਨਹੀਂ। ਮੇਰੇ ਸਾਈ ਨੂੰ ਸਾਈ ਪਾਉਣਾ, ਮੈਨੂੰ ਹਾਜ਼ਰ ਸੀ, ਮੈਂ ਪਤਾ ਨਹੀਂ ਕਿੰਨੀ ਦੇਰ ਰੋਕ ਕੇ ਰੱਖਿਆ, ਆਪਣੇ ਆਪ ਨੂੰ ਕੰਟਰੋਲ ਕੀਤਾ। ਮੈਂ ਕਿਹਾ ਨਹੀਂ ਉੱਠਣਾ ਜੀ, ਮੈਂ ਉੱਠ ਗਿਆ ਅਤੇ ਫਿਰ ਉੱਠ ਜਾਵਾਂ। ਮੈਂ ਚਾਹੁੰਦਾ ਸੀ ਕਿ ਇਸ ਬੰਦੇ ਨੂੰ ਇੰਨਾ ਪਿਆਰ ਲੈ ਕੇ ਗਿਆ, ਇਹ ਸਬਰ ਦੀ ਗੱਲ, ਕਿਉਂਕਿ ਬੋਲਣ ਨਾਲ ਚੁੱਪ ਚੰਗੈਰੀ, ਚੁੱਪ ਤਾਂ ਚੰਗਾ ਪਰਦਾ, ਬੋਲਣ ਨਾਲ ਚੁੱਪ ਚੰਗੈਰੀ, ਚੁੱਪ ਤਾਂ ਚੰਗਾ ਪਰਦਾ,
ਜੇ ਮਨਸੂਰ ਨਾ ਬੋਲਦਾ ਤੇ ਸੂਲੀ ਕਾਨੂੰ ਚੜਦਾ। ਸੁਣਦੀ ਸੁਣਦੀ ਮੈਂ ਮਰੀ ਤੇ ਮਰੀਆਂ ਲੱਖ ਕਰੋ, ਜਿਸ ਨੂੰ ਸੁਣਨਾ ਆ ਗਿਆ ਉਹਨੂੰ ਬੋਲਣ ਦੀ ਕੀ ਲੋੜ। ਬੱਕਰੇ ਦੀ ਮੈਂ ਮਾਰ ਕੇ ਤੇ ਤੂੰ ਬੇਖਲ ਮੜੋ, ਜਦ ਤੱਕ ਮੈਂ ਨਾ ਮਰੇ ਤੂੰ ਬੋਲੇ। ਜਦ ਤੱਕ ਮੈਂ ਨਾ ਮਰੇ ਫਿਰ ਤੂੰ ਬੋਲੇ ਕੌਣ। ਕਦੇ ਗੁਰੂਆਂ ਦੇ, ਕਦੇ ਪੀਰਾਂ ਦੇ, ਕਦੇ ਸਿੱਖਾਂ ਦੇ, ਕਦੇ ਨਾਥਾਂ ਦੇ, ਕਦੇ ਜੁੱਤੀਆਂ ਦੇ, ਕਦੇ ਸਤੀਆਂ ਦੇ, ਕਦੇ ਕੀਤੇ ਦਾਨ ਅਨਾਥਾਂ ਦੇ। ਇੱਕ ਥਾਂ ਤੇਰਾ ਯਕੀਨ ਨਾ ਬਣਿਆ, ਨਾ ਉੱਥੇ ਨਾ ਇੱਥੇ, ਫਿਰ ਕਹਿਣਾ ਮੈਨੂੰ ਕੁਛ ਨਹੀਂ ਮਿਲਿਆ ਐਵੇਂ ਮੱਥੇ ਟੇਕੇ। ਮੱਥਾ ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ। ਆ ਜਿਹੜੇ ਐਤਕੀ ਪੱਖੇ ਪੁੱਖੇ ਬਹੁਤ ਲਾਏ ਆ ਨਾ, ਇਹ ਅਗਲੀ ਵਾਰੀ ਚੱਕਦ ਰਹੇ ਜੀ, ਤੇ ਮੈਂ ਉਹਨੂੰ ਕਿਹਾ ਵੀ ਸੀਗਾ ਯਾਰ ਇਹਦੇ ਵਿੱਚ ਕੁਛ ਸੁਣਦਾ ਨਹੀਂ, ਕਿਉਂਕਿ ਇਹਨਾਂ ਦੀ ਆਵਾਜ਼ ਹੀ ਆਪਣੀ ਇੰਨੀ ਬਹੁਤ ਹੁੰਦੀ ਹੈ ਕਿ ਜਿਹੜੀ ਆਵਾਜ਼ ਆ ਵੀ ਰਹੀ ਹੈ ਉਹ ਵੀ ਨਹੀਂ ਸੁਣਦੇ। ਅਗਲੀ ਵਾਰੀ ਉੱਤੇ ਲਾ ਦਿਆਂ। ਹੋਰ ਦੱਸੋ ਆਵਾਂ ਜਾਵਾਂ ਤੇਰੇ ਬਦਲੇ ਸਾਡਾ ਕੰਮ ਨਾ ਗਲੀ ਦੇ ਵਿੱਚ ਕੋਈ, ਤੁਹਾਡੀ ਸੇਵਾ ਕਰਨੀ ਆ ਬਾਬਿਓ, ਸਾਡੀ ਡਿਊਟੀ ਲੱਗੀ ਆ ਉਹ ਕਰਵਾਈ ਚੱਲੇ। ਆਈ ਹੋਈ ਸੰਗਤ ਦੇ ਵਿੱਚ ਹੀ ਉਸੇ ਨੂੰ ਦੇਖਣਾ, ਇਹੀ ਉਹਦਾ ਰੂਪ ਹੈ, ਅਸਲੀ ਰੂਪ ਉਹੀ ਹੈ। ਪਰ ਫਿਰ ਵੀ ਸਾਥੋਂ ਗਲਤੀ ਹੋ ਜਾਂਦੀ ਹੈ ਬਾਬਾ, ਕਈ ਵਾਰੀ ਉਹ ਮੱਥੇ ਟੇਕਣ ਵਾਲੇ, ਕਈ ਵਾਰੀ ਸਿੱਧਾ ਹੋ ਕੇ ਟੇਕਦਾ, ਉਹਦਾ ਤਾਂ ਪਤਾ ਲੱਗਦਾ ਨਹੀਂ ਰੋਕਦੇ ਯਾਰ ਪਲੀ। ਕਈ ਵਾਰੀ ਪਿਛਲੇ ਪਾਸੇ ਕਬੱਡੀ ਵਾਲੇ ਨੂੰ ਗਿੱਟਾ ਫੜ ਲੈਂਦਾ, ਉਹਨੇ ਤਾਂ ਟੇਕ ਲਿਆ ਮਗਰ ਅਗਲੇ ਦੇ ਗੋਡੇ ਟਿਕਵਾ ਦਿੰਦਾ, ਪਿੱਛੇ ਦੀ ਕਦੇ ਵੀ ਪੈਰ ਨਹੀਂ ਪਾਉਂਦਾ। ਤੁਰੇ ਜਾਂਦੇ ਬੰਦੇ ਨੂੰ ਚੁੱਪ ਕਰਕੇ ਤੁਸੀਂ ਹੱਥ ਲਾ ਦਿਓਗੇ, ਤੁਸੀਂ ਉਹਨੂੰ ਅਰਥ ਕਰਦੇ ਹੋ, ਉਹਦੀ ਐਨਰਜੀ ਥੱਲੇ ਚਲੇ, ਪਤਾ ਨਹੀਂ ਕਿੱਥੇ ਲੱਗੀ ਹੁੰਦੀ ਹੈ। ਜਿੱਥੇ ਸਾਡੀ ਲੱਗੀ ਹੈ ਤੇ ਲੱਗੀ ਰਹੀ, ਉਹ ਲੋਕੀ ਕਹਿੰਦੇ ਠੱਗੀ ਹੈ ਤੇ ਠੱਗੀ ਰਹਿਣ ਦੇ। ਸਾਈਆਂ ਦੇ ਵੀ ਜਾਣੇ ਆ, ਗੁਸਾਈਆਂ ਦੇ ਵੀ ਜਾਣੇ ਆ, ਬਾਬਿਆਂ ਦੇ ਜਾਣੇ ਆ ਤੇ ਮਾਈਆਂ ਦੇ ਵੀ ਜਾਣੇ ਆ, ਉਹ ਕਮਲੇ ਆ ਥੋੜੇ ਜੇ ਸ਼ਦਾਈਆਂ ਦੇ ਵੀ ਜਾਣੇ ਆ। ਸ਼ਦਾਈ ਤਾਂ ਸਭ ਤੋਂ ਵੱਡੇ ਹੁੰਦੇ, ਜਿਹਨਾਂ ਨੇ ਹੱਦ ਟੱਪੇ ਤੂੰ ਔਲੀਆ, ਬੇਹੱਦ ਟੱਪੇ ਤੂੰ ਪੀਰ, ਹੱਦ ਬੇਹੱਦ ਦੋਨੋਂ ਟੱਪੇ ਉਸਕਾ ਨਾਮ ਫਕੀਰ। ਫਕੀਰ ਔਰ ਫੱਕਰ ਕਾ ਰੁਤਬਾ ਜੁਦਾ ਹੋਤਾ ਹੈ, ਫੱਕਰ ਕਮਾਲ ਉਸ ਤੋਂ ਵੀ ਵੱਡੇ ਰੁਤਬੇ ਨੇ। ਫਕੀਰ ਔਰ ਫੱਕਰ ਕਾ ਰੁਤਬਾ ਜੁਦਾ ਹੋਤਾ ਹੈ, ਫਕੀਰ ਰਹਿਮੇ ਖੁਦਾ ਫੱਕਰ ਹਾਵੀ ਖੁਦਾ ਹੋਤਾ। ਉਹਦੀ ਰੱਬ ਨਹੀਂ ਮੋੜ ਸਕਦਾ। ਸੋ ਗੱਦੀ ਮਸਤਾਂ ਦੀ ਦਮਾ ਦਮ ਮਸਤ ਕਲੰਦਰ ਕਰਦੀ, ਹੱਥ ਚਿੰਤੇ ਬਾਬੇ ਦਾ ਮੌਤ ਵੀ ਨਾਮ ਲੈ ਤੋਂ ਡਰਦੀ,
ਕਦੇ ਗੁਰੂਆਂ ਦੇ, ਕਦੇ ਪੀਰਾਂ ਦੇ, ਕਦੇ ਸਿੱਧਾਂ ਦੇ, ਕਦੇ ਨਾਥਾਂ ਦੇ, ਕਦੇ ਜੱਦੀਆਂ ਦੇ, ਕਦੇ ਸਦੀਆਂ ਦੇ, ਕਦੇ ਕੀਤੇ ਦਾਨ ਅਨਾਥਾਂ ਦੇ। ਇੱਕ ਥਾਂ ਤੇਰਾ ਯਕੀਨ ਨਾ ਬਣਿਆ, ਨਾ ਉੱਥੇ ਨਾ ਇੱਥੇ, ਫਿਰ ਕਹਿਣਾ ਮੈਨੂੰ ਕੁਛ ਨਹੀਂ ਮਿਲਿਆ। ਐਵੇਂ ਮੱਥੇ ਟੇਕੇ ਮੱਥਾ ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ, ਮੱਥਾ ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ, ਤੈਨੂੰ ਮੰਗਣਾ ਨਾ ਆਵੇ, ਤੈਨੂੰ ਮੰਗਣਾ ਨਾ ਆਵੇ ਗੁਰੂ ਪੀਰ ਕੀ ਕਰੇ, ਮੱਥਾ ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ, ਮੱਥਾ ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ, ਤੈਨੂੰ ਮੰਗਣਾ ਨਾ ਆਵੇ, ਤੈਨੂੰ ਮੰਗਣਾ ਨਾ ਆਵੇ ਗੁਰੂ ਪੀਰ ਕੀ ਕਰੇ, ਮੱਥਾ ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ, ਤੇ ਫਕੀਰ ਕੀ ਕਰੇ, ਤੇ ਫਕੀਰ ਕੀ ਕਰੇ। ਸਬਰ ਸਬੂਰੀ ਸਾਬਰੀ, ਸਬਰ ਸਬੂਰੀ ਸਾਬਰੀ, ਤਿੰਨਾਂ ਦੀ ਨਹੀਂ ਬਰਾਬਰੀ, ਸਬਰ ਸਬੂਰੀ ਸਾਬਰੀ, ਤਿੰਨਾਂ ਦੀ ਨਹੀਂ ਬਰਾਬਰੀ, ਸਬਰ ਸਬੂਰੀ ਸਾਬਰੀ, ਤਿੰਨਾਂ ਦੀ ਨਹੀਂ ਬਰਾਬਰੀ, ਸਬਰ ਸਬੂਰੀ ਸਾਬਰੀ, ਤਿੰਨਾਂ ਦੀ ਨਹੀਂ ਬਰਾਬਰੀ। ਪਹਿਲਾਂ ਨਾਨਕ ਦਾ ਦਰਬਾਰ, ਸਾਈਂ ਬਾਬਾ ਮੁਰਾਦ ਸ਼ਾਹ ਜੀ ਕਹਿੰਦੇ ਹੁੰਦੇ ਸੀ, ਪਹਿਲਾਂ ਨਾਨਕ ਦਾ ਦਰਬਾਰ ਤੇ ਦੂਜਾ ਮੱਕਿਓਂ ਪਰੇ ਉਠਾ, ਸਬਰ ਸਬੂਰੀ ਸਾਬਰੀ, ਤਿੰਨਾਂ ਦੀ ਨਹੀਂ ਬਰਾਬਰੀ, ਸਬਰ ਸਬੂਰੀ ਸਾਬਰੀ, ਤਿੰਨਾਂ ਦੀ ਨਹੀਂ ਬਰਾਬਰੀ। ਮੱਥਾ ਟੇਕਦੇ ਕੇ ਰੱਬ ਤੇ ਆਸਾਨ ਕਰਦੇ, ਸਾਰੀ ਦੁਨੀਆ ਦੇ ਦਾਨੀ ਨੂੰ ਕੀ ਦਾਨ ਕਰਦੇ, ਆਸਾਨ ਹੀ ਕਰਦੇ। ਕੋਈ ਮੱਥਾ ਟੇਕ ਰੁਪਈਆਂ ਦਾ ਮੁੱਲ ਮੰਗਦਾ, ਰੱਬ ਤੋਂ ਥਈਆਂ ਦਾ ਮੈਨੂੰ ਆਹ ਵੀ ਮਿਲੇ, ਮੈਨੂੰ ਆਹ ਵੀ ਮਿਲੇ, ਮੈਨੂੰ ਹੀ ਮਿਲੇ ਬਸ, ਜੋ ਵੀ ਮਿਲੇ, ਜੋ ਤੇਰੇ ਦਰ ਤੇ ਆਉਂਦਾ ਹੈ ਮੱਥੇ ਦੀ ਕੀਮਤ ਚਾਹੁੰਦਾ ਹੈ। ਤੂੰ ਭੋਲਾ ਹੈ, ਤੂੰ ਭਾਲਾ ਹੈ, ਹਰ ਦਿਲ ਦੀਆਂ ਜਾਣਨ ਵਾਲਾ ਹੈ, ਉਹ ਦੁਨੀਆ ਮੰਗਦੀ ਦੌਲਤ ਸ਼ੋਹਰਤ ਫਕਰ ਮੰਗਦੇ ਅੱਲਾ, ਬੋਲ ਫਕੀਰਾ ਅੱਲਾ ਹੀ ਜਾਂਦਾ। ਮੱਥਾ ਟੇਕਦਾ ਕੇ ਰੱਬ ਤੇ ਆਸਾਨ ਕਰਦਾ, ਉਹ ਸਾਰੀ ਦੁਨੀਆ ਦੇ ਦਾਨੀ ਨੂੰ ਕੀ ਦਾਨ ਕਰਦਾ, ਨਾ ਅਕੀਦਾ ਨਾ ਕੋਈ ਕੈਦਾ, ਦਾਨ ਦੇਣ ਦਾ ਕੀ ਫਾਇਦਾ, ਜੇ ਹੰਕਾਰ ਹੋ ਜਾ ਪੈਦਾ ਸਖੀ ਵੀਰ ਕੀ ਕਰੇ, ਮੱਥਾ ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ, ਮੱਥਾ ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ, ਮੱਥਾ ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ। ਕਰੇ ਸੁਣੀਆਂ ਸੁਣਾਈਆਂ ਗੁਰੂ ਜਾਣੇ ਤੋਂ ਬਿਨਾਂ,
ਕਰੇ ਸੁਣੀਆਂ ਸੁਣਾਈਆਂ ਗੁਰੂ ਜਾਣੇ ਤੋਂ ਬਿਨਾ, ਉਹ ਫਿਰੇ ਬਣਿਆ ਨਿਸ਼ਾਨ ਜੀ ਨਿਸ਼ਾਨੇ ਤੋਂ ਬਿਨਾ। ਗੱਲ ਸੁਣ ਲੈ ਜਵਾਨਾ, ਚੱਕੀ ਫਿਰਦਾ ਕਮਾਨਾ, ਅੱਖ ਮੀਚ ਕੇ ਨਿਸ਼ਾਨਾ, ਤੈਨੂੰ ਭਿੰਨਣਾ ਨਾ ਆਵੇ ਦੱਸ ਤੀਰ ਕੀ ਕਰੇ। ਮੱਥਾ ਟੇਕਣਾ ਨਯਾ ਤੇ ਫਕੀਰ, ਮੱਥਾ ਟੇਕਣਾ ਨਯਾ ਤੇ ਫਕੀਰ ਕੀ ਕਰੇ। ਯਾਰ ਦੀ ਕਮਲੀ ਨੀਮ ਕਮਲੀ, ਨੀਮ ਕਮਲੀ ਯਾਰ ਦੀ ਕਮਲੀ ਨੀਮ ਕਮਲੀ, ਓ ਨੀਮ ਕਮਲੀ ਨੀਮ ਕਮਲੀ ਨੀਮ ਕਮਲੀ ਨੀਮ ਕਮਲੀ ਕਮਲੀ ਯਾਰ ਦੀ ਕਮਲੀ ਨੀਮ ਕਮਲੀ ਇਸ਼ਕ ਤੇਰੇ ਨੇ ਮੈਨੂੰ ਕਮਲੀ ਕੀਤਾ ਕੇ ਭੁੱਲ ਕੇ ਸਹੁਰੇ ਪੇਕੇ, ਉਹ ਸੋਹਣਿਆ ਸੱਜਣਾ ਉਹ ਮੈਨੂੰ ਗਲ ਨਾਲ ਲਾ ਲੈ, ਸੋਹਣਿਆ ਸੱਜਣਾ ਮੈਨੂੰ ਗਲ ਨਾਲ ਲਾ ਲੈ, ਉਹ ਮੈਨੂੰ ਉੱਚੜੀ ਨੂੰ ਕੋਈ ਨਾ ਦੇਖੇ। ਕਮਲੀ ਯਾਰ ਦੀ ਕਮਲੀ ਨੀ ਮੈਂ ਕਮਲੀ ਯਾਰ ਦੀ ਕਮਲੀ ਨੀ ਮੈਂ ਕਮਲੀ ਯਾਰ ਕਮਲੀ ਨੀ ਮੈਂ ਕਮਲੀ ਯਾਰ ਦੀ ਕਮਲੀ ਨੀ ਮੈਂ ਕਮਲੀ ਯਾਰ ਯਾਰ ਦੀ। ਨੋਟਾਂ ਤੋਂ ਹੀ ਤਿਲਕੀ, ਤੇਰੀ ਘਰ ਵਾਲੀ ਕਿੱਥੇ ਹੈ? ਮੁਬਾਰਕ
ਦੇਖੋ ਕਿਵੇਂ ਹਾਜ਼ਰੀ ਲਵਾ ਲੈਂਦਾ, ਇਹਨੂੰ ਕਹਿੰਦੇ ਹਾਜ਼ਰੀ ਲਵਾ। ਇੱਥੇ ਗਾ ਨਹੀਂ ਸਕਦੇ ਬਾਬਾ ਜੀ, ਸਿਰਫ ਹਾਜ਼ਰੀ ਲਵਾ ਦੇ, ਸਿਰਫ ਹਾਜ਼ਰੀ 2 ਮਿੰਟ ਦੀ, ਇੱਕ ਬੋਲ ਬੋਲਣ ਦੀ, ਉਹਦੇ ਨਾਮ ਦਾ ਜਕਾਰਾ ਬੁਲਾਉਣ ਦੀ ਵੀ ਹਾਲ। ਜਿੱਥੇ ਰਹਿਮਤਾਂ ਨੇ ਜਿੱਥੇ ਮਿਹਨਤਾਂ ਨੇ, ਰਹਿਮਤਾਂ ਵੀ ਉੱਥੇ ਰਹਿੰਦੀਆਂ। ਜਿੱਥੇ ਮਿਹਨਤਾਂ ਨੇ, ਯਾਦ ਰੱਖੀ ਕਿਹੜੇ ਕਿਹੜੇ ਪੱਟ ਚੋਖੇ ਹੈ, ਉਸ ਪੱਠੀ ਵੱਲ ਖਿਆਲ ਕਰਨਾ। ਭਾਈ ਭਾਈਆਂ ਦਾ ਦਰਦ ਵੰਡਾਉਂਦੇ, ਭਾਈ ਭਾਈਆਂ ਦਾ ਦਰਦ ਵੰਡਾਉਂਦੇ, ਤੇ ਭਾਈ ਭਾਈਆਂ ਦੀਆਂ ਬਾਹਾਂ, ਬਾਪ ਸਿਰਾਂ ਦੇ ਤਾਜ ਮੁਹੰਮਦ, ਮਾਵਾਂ ਠੰਡੀਆਂ ਛਾਵਾਂ। ਜਿੱਥੇ ਮਿਹਨਤਾਂ ਨੇ ਰਹਿਮਤਾਂ ਵੀ ਉੱਥੇ ਰਹਿੰਦੀਆਂ, ਜਿੱਥੇ ਮਿਹਨਤਾਂ ਨੇ ਰਹਿਮਤਾਂ ਵੀ ਉੱਥੇ ਰਹਿੰਦੀਆਂ। ਵਿਹਲੇ ਬੈਠ ਕੇ ਨਕੰਮੇ ਪੂਰੀਆਂ ਨਹੀਂ ਪੈਂਦੀਆਂ, ਵਿਹਲੇ ਬੈਠ ਕੇ ਨਕੰਮੇ ਪੂਰੀਆਂ ਨਹੀਂ ਪੈਂਦੀਆਂ। ਘਰ ਜੋਤਿਸ਼ੀ ਬੁਲਾਏ ਰਾਹੂ ਕੇਤੂ ਵੀ ਦਿਖਾਏ, ਘਰ ਜੋਤਿਸ਼ੀ ਬੁਲਾਏ ਰਾਹੂ ਕੇਤੂ ਵੀ ਦਿਖਾਏ, ਜੇ ਹੱਥ ਪੈਰ ਨਾ ਚਲਾਏ ਤਕਦੀਰ ਕੀ ਕਰੇ। ਤਦਬੀਰੋਂ ਬੇਨਾਜ਼ ਕਰੋਗੇ ਕਿਸਮਤ ਪਰ ਪਛਤਾਓਗੇ। ਤਦਬੀਰ ਦਾ ਮਤਲਬ ਹੀ ਮਿਹਨਤ ਹੈ, ਕੋਸ਼ਿਸ਼ ਜਾਰੀ ਰਹਿਣੀ ਚਾਹੀਦੀ ਹੈ। ਮੱਕੜੀ ਤੋਂ ਸਿੱਖਿਆ ਸੀ ਬਾਦਸ਼ਾਹ ਨੇ, ਬਾਰ ਬਾਰ ਗਿਰ ਜਾਂਦੀ ਸੀ ਫਿਰ ਜੜ ਗਈ, ਕਹਿੰਦਾ ਯਾਰ ਮੈਂ 4 ਵਾਰੀ ਹਾਰ ਕੇ ਫਿਰ ਕਹਿ ਗਿਆ ਹਾਰ ਗਏ। ਉਸ ਨੂੰ ਆਪਣਾ ਉਸਤਾਦ ਮੰਨ ਕੇ ਫਿਰ ਸ਼ੁਰੂ, ਫਿਰ ਜਿੱਤ ਗਿਆ, ਵਿਸ਼ਵਾਸ ਜਿੱਤ। ਤਦਬੀਰੋਂ ਤੇ ਨਾਚ ਕਰੋਗੇ ਕਿਸਮਤ ਪਰ ਪਛਤਾਓਗੇ, ਤਦਬੀਰੋਂ ਤੇ ਨਾਚ ਕਰੋਗੇ ਕਿਸਮਤ ਪਰ ਪਛਤਾਓਗੇ, ਦੌਲਤ ਸੇ ਬਿਸਤਰ ਲੈ ਲੋਗੇ ਨੀਂਦ ਕਹਾਂ ਸੇ ਲਾਓਗੇ। ਝੂਠ ਸਲੀਕੇ ਸੇ ਬੋਲੋਗੇ, ਝੂਠ ਸਲੀਕੇ ਸੇ ਬੋਲੋਗੇ ਤੋ ਸੱਚੇ ਕਹਿਲਾਓਗੇ, ਸੱਚ ਕੋ ਅਗਰ ਤੁਮ ਸੱਚ ਕਹਿ ਦੋਗੇ ਸੂਲੀ ਪਰ ਚੜ ਜਾਓਗੇ। ਬਹੁਤ ਅੱਛਾ ਸ਼ੇਰ ਸੀ ਰਾਤ ਦਾ, ਮੈਨੂੰ ਇੰਨਾ ਯਾਦ ਹੈ ਬਾਬਾ ਜੀ ਸਰਦੁਲ ਜੀ, ਸ਼ਾਇਦ ਉਹ ਮੁਕੰਮਲ ਨਾ ਹੋਵੇ ਪਰ ਮੇਰੇ ਸੋਚ ਸਮਝ ਕਰ ਫਕੀਰੋਂ ਪੇ ਤਬਸਰਾ ਕਰਨਾ, ਸੋਚ ਸਮਝ ਕੇ ਯਾਨੀ ਤਬਸਰਾ ਫਕੀਰੋਂ ਕੇ ਬਾਰੇ ਮੇਂ ਬਾਤਚੀਤ ਕਰਨੀ। ਗੱਲ ਦੇ ਵਿੱਚ ਕੀ ਹੁੰਦਾ, ਜਾਂ ਤਾਂ ਬੰਦੇ ਦੀ ਨਿੰਦਿਆ ਕਰਦਾ ਜਾਂ ਫਿਰ ਕਿਆ ਬਾਤ ਹੈ ਬਈ। ਸੋਚ ਸਮਝ ਕੇ ਫਕੀਰੋਂ ਪੇ ਤਬਸਰਾ ਕਰਨਾ
ਫਕੀਰ ਪਾਣੀ ਵੀ ਸੂਖੀ ਨਦੀ ਸੇ ਲਾਤੇ। ਮੁਕਰ ਕੇ ਮੁਕਰ ਜਾ ਕਹਿੰਦੇ ਮੁਕਰ ਬਲਕਿ ਸੋਚ ਸਮਝ ਕਰ ਫਕੀਰੋਂ ਪੇ ਤਬਸਰਾ ਕਰਨਾ ਇਹ ਵੋ ਲੋਕ ਹੈ ਜੋ ਪਾਣੀ ਵੀ ਸੂਖੀ ਨਦੀ ਸੇ ਲਾਤੇ। ਜੇ ਹੱਥ ਪੈਰ ਨਾ ਚਲਾਏ ਤਕਦੀਰ ਕੀ ਕਰੇ, ਮੱਥਾ ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ, ਮੱਥਾ ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ। ਬੜੇ ਦੁੱਧ ਪੀਤੇ ਸੋਹਣਿਆ ਮਲਾਈਆਂ ਮਾਰ ਕੇ, ਬੜੇ ਦੁੱਧ ਪੀਤੇ ਸੋਹਣਿਆ ਮਲਾਈਆਂ ਮਾਰ ਕੇ, ਬੇਫਿਕਰੀ ਚ ਸੌਂ ਗਿਆ ਘਰਾੜੇ ਮਾਰ ਕੇ। ਕਿਵੇਂ ਕਰੇਗਾ ਤਰੱਕੀ ਤੈਨੂੰ ਰੋਗ ਲੱਗੇ ਛੱਤੀ, ਉੱਤੋਂ ਨਸ਼ਿਆਂ ਦੀ ਫੱਕੀ ਤੇ ਸਰੀਰ ਕੀ ਕਰੇ। ਬਚ ਕੇ ਮੋੜ ਦੋ ਉੱਤੋਂ ਨਸ਼ਿਆਂ ਦੀ ਫੱਕੀ ਤੇ ਸਰੀਰ ਕੀ ਕਰੇ। ਤੈਨੂੰ ਮੰਗਣਾ ਨਾ ਆਵੇ ਗੁਰੂ ਪੀਰ ਕੀ ਕਰੇ, ਤੈਨੂੰ ਮੰਗਣਾ ਨਾ ਆਵੇ ਗੁਰੂ ਪੀਰ ਕੀ ਕਰੇ। ਬੀਜ ਕਿੱਕਰਾਂ ਦੇ ਬੀਜ ਕਿੱਥੋਂ ਪਾਲਦਾ ਖਜੂਰਾਂ, ਬੀਜ ਕਿੱਕਰਾਂ ਦੇ ਬੀਜ ਕਿੱਥੋਂ ਪਾਲਦਾ ਖਜੂਰਾਂ। ਛੱਡ ਮਰ ਜਾਣੇ ਮਨ ਕੱਟ ਦਿਲ ਚੋਂ ਫਤੂਰਾਂ, ਛੱਡ ਮਰ ਜਾਣੇ ਮਨ ਕੱਟ ਦਿਲ ਚੋਂ ਫਤੂਰਾਂ। ਕਿਹੜੇ ਥੰਮ ਦੇ ਸਹਾਰੇ, ਕਿਹੜੇ ਥੰਮ ਦੇ ਸਹਾਰੇ, ਕਿਹੜੇ ਥੰਮ ਦੇ ਸਹਾਰੇ ਖੜੇ ਰਹਿਣ ਕੇ ਚੁਪਾਰੇ। ਜਿਹਦੇ ਬਾਲੇ ਹੁਣ ਮਾੜੇ ਤੇ ਸ਼ਤੀਰ ਕੀ ਕਰੇ। ਜਿਹਨੂੰ ਪਤਾ ਨਾ ਸ਼ਤੀਰਾਂ ਦਾ ਵਾਲੀ ਬੋਲਦੇ ਉਹਨਾਂ ਨੇ ਤਾੜੀ ਮਾਰੀ। ਰੱਬ ਤੁਹਾਡੇ ਬਾਲੇ ਕਾਇਮ ਰੱਖੇ। ਹੁਣ ਤਾਂ ਬਾਲੀਆਂ ਵੀ ਨਹੀਂ ਆਉਣੀਆਂ ਲੱਗੀ, ਹੁਣ ਤਾਂ ਲੈਂਟਰ ਪੈਣ ਲੱਗ ਗਏ ਨਾ। ਲੈਂਟਰ ਪੈਂਦੇ ਨਹੀਂ ਲਾਉਂਦੇ ਹੈ, ਮੇਰੇ ਲੈਂਟਰ ਲਾ ਗਿਆ ਜੀ।
ਕਿਹੜੇ ਥੰਮ ਦੇ ਸਹਾਰੇ ਖੜੇ ਰਹਿਣਗੇ ਚੁਬਾਰੇ, ਜਿਹਦੇ ਬਾਲੇ ਹੋਣ ਮਾੜੇ ਤੇ ਸ਼ਤੀਰ ਕੀ ਕਰੇ, ਮੱਥਾ ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ, ਮੱਥਾ ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ, ਕੰਨ ਪਾੜ ਕੇ ਤੂੰ ਮੁੰਦਰਾਂ ਪਵਾਈਆਂ ਰਾਂਝਿਆ, ਕੰਨ ਪਾੜ ਕੇ ਤੂੰ ਮੁੰਦਰਾਂ ਪਵਾਈਆਂ ਰਾਂਝਿਆ, ਆਈਆਂ ਮੱਝੀਆਂ ਵੀ ਕੰਮ ਨਾ ਚਰਾਈਆਂ ਰਾਂਝਿਆ, ਛੱਡ ਤਖਤ ਹਜ਼ਾਰਾਂ ਜੋਗੀ ਹੋ ਗਿਆ ਵਿਚਾਰਾ, ਉਹਨੂੰ ਕਦਰਾਂ ਦਾ ਮਾਰਾ ਜਿਹਨੂੰ ਚੰਗ ਨਾ ਥਿਆਵੇ ਦੱਸ ਹੀਰ ਕੀ ਕਰੇ। ਤੈਨੂੰ ਸੁਣਾ ਕੇ ਜਿਹੜਾ ਸਵਾਦ ਆ ਰਿਹਾ ਨਾ, ਕਿਹਨੂੰ ਕਿਹਨੂੰ ਦੱਸਾਂ ਮੈਂ ਰਾਜ ਦੀਆਂ ਗੱਲਾਂ। ਉਹਨਾਂ ਦੀ ਗੱਲ ਨੂੰ ਸਮਝਣਾ ਬੜਾ ਔਖਾ ਹੁੰਦਾ, ਕਈ ਵਾਰੀ ਇਹੋ ਜਿਹੀ ਗੱਲ ਕਰ ਜਾਂਦੇ ਸੀ, ਇਹ ਆਵਾਂ ਜਾਵਾਂ ਤੇਰੇ ਬਦਲੇ ਸਾਡਾ ਕੰਮ ਨਾ, ਗਲੀ ਦੇ ਵਿੱਚ ਕੋਈ ਇਹੀ ਪੁੱਛਿਆ ਸੀ। ਮੈਂ ਕਿਹਾ ਬਾਬਾ ਜੀ, ਕਹਿੰਦੇ ਕੀ ਹੈ ਗੁਰਦਾਸ, ਇਹ ਕੀ ਕਹਿੰਦੀ ਹੈ ਇਹ ਲਾਈਨ? ਮੈਂ ਕਿਹਾ ਬਾਬਾ ਜੀ, ਲੋਕ ਗੀਤ ਦੀ ਇੱਕ ਲਾਈਨ ਹੈ, ਆਵਾਂ ਜਾਵਾਂ ਤੇਰੇ ਬਦਲੇ ਸਾਡਾ ਕੰਮ ਹੈ। ਨੰਨਾ ਕਹਿੰਦਾ, ਆਵਾਂ ਜਾਵਾਂ ਤੇਰੇ ਬਦਲੇ ਸਾਡਾ ਕੰਮ ਨਾ ਗਲੀ ਦੇ ਵਿੱਚ ਕੋਈ, ਸਾਡਾ ਕੰਮ ਨਾ ਗਲੀ ਦੇ ਵਿੱਚ। ਹਰ ਆਉਂਦੇ ਜਾਂਦੇ ਸਾਹ ਦੇ ਨਾਲ ਤੈਨੂੰ ਯਾਦ ਕਰਨਾ, ਹੋਰ ਇਹਦੇ ਵਿਚਾਲੇ ਕੁਛ ਵੀ ਨਹੀਂ। ਜਦੋਂ ਚੱਲੀਏ ਬਈ, ਦੁਨੀਆਂ ਹੁਣ ਸਾਡੇ ਭਾਅ ਦੀ ਨਹੀਂ ਰਹੀ, ਕੁਛ ਹੋਰ ਹੀ ਮੰਗਣ ਲੱਗ ਗਏ ਦੀ ਲੋਕ। ਜਿਹੜੀ ਚੀਜ਼ ਮੰਗਣੀ ਹੁੰਦੀ ਉਹ ਮੰਗਦੇ, ਤਾਂ ਹੀ ਤਾਂ ਕਹਿਣਾ ਤੈਨੂੰ ਮੰਗਣਾ ਨਾ ਆਵੇ ਤੇ ਫਕੀਰ ਕੀ ਕਰੇ। ਛੱਡ ਤਖਤ ਹਜ਼ਾਰਾਂ ਜੋਗੀ ਹੋ ਗਿਆ ਵਿਚਾਰਾ, ਉਹਨੂੰ ਕਦਰਾਂ ਦਾ ਮਾਰਾ ਜਿਹਨੂੰ ਚੰਗ ਨਾ ਥਿਆਵੇ ਦੱਸ ਹੀਰ ਕੀ ਕਰੇ, ਮੱਥਾ ਟੇਕਣਾ ਨਾ ਆਵੇ ਤੇ ਫਕੀਰ 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 ਕੀ ਕਰੇ। ਤੈਨੂੰ ਮੰਗਣਾ ਨਾ ਆਵੇ, ਤੈਨੂੰ ਮੰਗਣਾ ਨਾ ਆਵੇ, ਤੈਨੂੰ ਮੰਗਣਾ ਨਾ ਆਵੇ ਗੁਰੂ ਪੀਰ ਕੀ ਕਰੇ, ਜੈ ਹੋ।
ਬਾਈ ਜੀ ਦੀਆਂ ਲਾਈਨਾਂ ਮੈਨੂੰ ਹਮੇਸ਼ਾ ਯਾਦ ਰਹਿੰਦੀਆਂ ਨੇ ਕਿ ਸੁਣਦੀ ਸੁਣਦੀ ਮੈਂ ਮਰੀ, ਮਰੀਆਂ ਲੱਖ ਕਰੋੜ, ਜਿਸ ਨੂੰ ਸੁਣਨਾ ਆ ਗਿਆ ਉਹਨੂੰ ਬੋਲਣ ਦੀ ਕੀ ਲੋੜ। ਅਤੇ ਬਸ ਇਹ ਮਹਿਫਲ ਦੇ ਵਿੱਚ ਨੇ ਕਵਾਲੀ ਸੁਣ ਲਈ, ਦਾਤਾ ਜੀ ਦੇ ਨਾਮ ਦੇ ਬੋਲ ਸੁਣ ਲਏ, ਉਹਦੀ ਬੱਲੇ ਬੱਲੇ ਹੋ ਜਾਣੀ ਹੈ। ਮੈਂ ਰਾਤ ਗੱਲ ਕੀਤੀ ਸੀ ਕਿ ਮਾਨਾ ਅਗਰ ਹਾਥ ਕੀ ਲਕੀਰੇ ਅੱਛੀ ਨਾ ਹੋ ਤੋ ਕਿਸਮਤ ਅੱਛੀ ਨਹੀਂ ਹੋਤੀ, ਮਾਨਾ ਅਗਰ ਹਾਥ ਕੀ ਲਕੀਰੇ ਅੱਛੀ ਨਾ ਹੋ ਤੋ ਕਿਸਮਤ ਅੱਛੀ ਨਹੀਂ ਹੋਤੀ, ਅਗਰ ਸਰ ਪੇ ਹਾਥ ਮੇਰੇ ਸਾਈਂ ਕਾ ਹੋ ਤੋ ਲਕੀਰੋ ਕੀ ਜ਼ਰੂਰਤ ਹੀ ਨਹੀਂ ਹੋਤੀ। ਅਤੇ ਜੇ ਯਾਰ ਦਾ ਹੱਥ ਸਿਰ 'ਤੇ ਹੋਵੇ ਫਿਰ ਲਕੀਰਾਂ ਦਾ ਰੌਲਾ ਕੋਈ ਨਹੀਂ ਹੈ। ਅਤੇ ਦਾਤਾ ਸਰਕਾਰ ਦੀ ਕਿਰਪਾ ਹੈ, ਮਿਹਰ ਹੈ ਸਾਈਂ ਸਰਕਾਰ ਦੀ, ਬਾਬਾ ਮੁਰਾਦ ਸ਼ਾਹ ਜੀ ਦੀ, ਸਾਈਂ ਗੁਲਾਮ ਸ਼ਾਹ ਜੀ ਦੀ। ਉਹ ਮੈਨੂੰ ਗੱਲ ਚੇਤੇ ਆਈ ਦਾਤਾ ਜੀ ਦੇ ਮੇਲੇ ਦੀ ਕਿ ਸਾਈਂ ਜੀ ਬੈਠੇ ਹੁੰਦੇ ਸੀ ਮੌਜ ਦੇ ਵਿੱਚ, ਬੜਾ ਮਕਬੂਲ ਸ਼ੇਰ, ਸਾਈਂ ਜੀ ਨੇ ਇੱਕ ਹੱਥ ਨਾਲ ਤਾਂ ਲੈਚੀਆਂ ਵੰਡੀ ਜਾਣੀਆਂ, ਪ੍ਰਸ਼ਾਦ ਵੰਡੀ ਜਾਣਾ, ਮੁੰਡੇ ਵੰਡੀ ਜਾਣੇ। ਇੱਕ ਛੋਟਾ ਜਿਹਾ ਬੱਚਾ, ਉਹਨੂੰ ਪੁੱਛਿਆ ਤੂੰ ਕਿੱਥੋਂ ਆਇਆ, ਕਹਿੰਦਾ ਮੰਮਾ ਮੈਨੂੰ ਸਾਈਂ ਜੀ ਨੇ ਭੇਜਿਆ। ਕਹਿੰਦੇ ਤੂੰ ਕਿੱਥੇ ਸੀਗਾ, ਕਹਿੰਦਾ ਮੈਂ ਸਾਈਂ ਜੀ ਦੀ ਜੇਬ ਦੇ ਵਿੱਚ ਸੀਗਾ। ਮੁੰਡੇ ਸਾਈਂ ਜੀ ਨੇ ਜੇਬ 'ਚ ਰੱਖੇ ਹੋਏ ਸੀ, ਐਂ ਬਣਦੇ ਸੀਗੇ, ਫਕੀਰੀ ਕਰਕੇ ਗਏ ਨੇ। ਉੱਥੇ ਗੱਲ ਆਈ ਸੀ ਸਾਈਂ ਜੀ ਦੀ, ਇੱਕ ਮੁੱਠੀ ਬੰਦ ਹੁੰਦੀ ਸੀ, ਮੈਂ ਕਿਹਾ ਸਾਈਂ ਜੀ ਮੁੱਠੀ ਵਿੱਚ ਕੀ ਲੁਕਿਆ? ਕਹਿੰਦੇ ਇੱਕ ਨਾਲ ਤਾਂ ਮੁੰਡੇ ਵੰਡ ਰਹੇ ਹਾਂ ਪਰ ਬੰਦ ਮੁੱਠੀ ਦੇ ਵਿੱਚ ਲੋਕਾਂ ਦੇ ਦੁੱਖ ਦਰਦੀ ਵੀ ਇਕੱਠੇ ਕਰ ਰਹੇ ਹਾਂ। ਅਤੇ ਉਹਦਾ ਮੁੱਠੀ ਕਹਿੰਦੀ ਹੈ ਕਿ ਮੁੱਠੀ ਬੰਦ ਕਿਸੇ ਨੂੰ ਕੀ ਦੱਸੀਏ ਵਿੱਚ ਕਿੰਨੇ ਕੁ ਦਰਦ ਲੁਕੋਈ ਬੈਠੇ ਹਾਂ। ਮੁੱਠੀ ਬੰਦ ਕਿਸੇ ਨੂੰ ਕੀ ਦੱਸੀਏ ਵਿੱਚ ਕਿੰਨੇ ਕੁ ਦਰਦ ਲੁਕੋਈ ਬੈਠੇ ਹਾਂ। ਉਹ ਇੰਨੇ ਸਿਰ 'ਤੇ ਨਹੀਂ ਸਾਡੇ ਵਾਲ ਹੋਣੇ ਜਿੰਨਾ ਯਾਰ ਦਾ ਕਰਜ਼ ਚੜਾਈ ਬੈਠੇ ਹਾਂ। ਉਹ ਯਮ ਮੋਤੋ ਕੋਹਾਂ ਦੂਰ ਖੜੇ, ਉਹ ਅਸੀਂ ਪਹਿਲਾਂ ਹੀ ਕਬਰ ਪਟਾਈ ਬੈਠੇ ਹਾਂ। ਉਹ ਲੋਕੀ ਕਰਦੇ ਸਰਾਧ ਮਰੇ ਮੁਕਿਆਂ ਦਾ, ਫੱਕਰ ਤਾਂ ਆਪਣਾ ਸਰਾਧ ਹੀ ਖਾਈ ਬੈਠੇ ਹਾਂ। ਅਤੇ ਸਾਈਂ ਜੀ ਉਹ ਹੋਏ ਨੇ, ਉਹ ਕਹਿੰਦੇ ਸਾਡਾ ਸਰਾਧ ਨਹੀਂ ਹੁੰਦਾ, ਫਕੀਰਾਂ ਦੇ ਨਾਂ ਦੇ ਲੰਗਰ ਲੱਗਦੇ ਹੋਏ ਅਤੇ ਸਾਈਂ ਜੀ ਦੇ ਨਾਮ ਦੇ ਲੰਗਰ ਲੱਗਦੇ ਆ। ਲੰਗਰ ਖਾ ਕੇ ਜਾਣਾ ਸਾਰਿਆਂ ਨੇ, ਰੋਟੀ ਵੀ ਖਾਣੀ ਹੈ। ਜਾਓ ਫਿਰ ਅਗਲੀ ਗੱਲ ਕਰਦੇ ਹਾਂ। ਦੀਪਕ ਰਾਜਾ ਜੀ ਵੀ ਬਹੁਤ ਅੱਛੇ ਕਮੇਡੀ ਕਲਾਕਾਰ ਨੇ, ਉਹਨਾਂ ਨੂੰ ਮੈਂ ਹੋਰ ਵੈਲਕਮ ਕਰਦਾ। ਜਾਓ ਫਿਰ ਗੱਲ ਕਰਦੇ ਹਾਂ ਡਫਲੀ ਦੀ, ਝਾਂਜਰ ਦੀ। ਤੁਹਾਡੀਆਂ ਜ਼ੋਰਦਾਰ ਤਾੜੀਆਂ ਦੇ ਨਾਲ ਪੰਜਾਬੀ ਗਾਇਕੀ ਦੇ ਬਾਬਾ ਦੌੜ ਜਨਾਬ ਗੁਰਦਾਸ ਮਾਨ। ਦੀਪਕ ਰਾਜਾ ਜੀ ਮਾਫ ਕਰਨਾ।